ਜਿਹੜਾ ਅੱਲਾ ਦੇ ਵਲੀਆਂ ਦੀ ਕਰਦਾ ਏ ਸੰਗ, ਜਿਹੜਾ ਅੱਲਾ ਦੇ ਵਲੀਆਂ ਦੀ ਕਰਦਾ ਏ ਸੰਗ, ਉਸ ਕੱਚ 'ਤੇ ਵੀ ਆਉਂਦਾ ਏ ਹੀਰੇ ਦਾ ਰੰਗ। ਦੋਸਤੋ, ਜਿਹੜਾ ਇਨਸਾਨ, ਬੱਚਾ, ਬੰਦਾ, ਬੁੱਢਾ, ਜੋ ਵੀ ਵਲੀਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ, ਅੱਲਾਹ ਤਾਲਾ ਉਹਦੇ 'ਚ ਵੀ ਕੁਛ ਨਾ ਕੁਛ ਗੁਣ ਪੈਦਾ ਕਰ ਦਿੰਦਾ ਅੱਲਾਹ ਤਾਲਾ। ਅਤੇ ਇਸ ਲਈ ਤੁਹਾਨੂੰ ਇੱਕ ਖਾਸ ਵਜ਼ੀਫਾ, ਜਿਹੜੇ ਕਹਿੰਦੇ ਨੇ ਲਤਾਇਫ ਲਤਾਇਫ ਲਤਾਇਫ, ਤੁਸੀਂ ਲਤਾਇਫ ਨੂੰ ਭੁੱਲ ਜਾਓ, ਤੁਸੀਂ ਜ਼ਿਕਰ ਸਿਰਫ ਕਰਨਾ, ਜ਼ਿਕਰ ਸਿਰਫ ਤਵੱਜੋ ਕਰਨੀ ਆਪਣੇ ਦਿਲ ਦੇ ਉੱਤੇ ਇਸ ਜਗ੍ਹਾ ਤੋਂ। ਜਿਹੜਾ ਤੁਹਾਨੂੰ ਤਰੀਕਾ ਦੱਸਿਆ ਲੱਗਾ, ਇਨਸ਼ਾਅੱਲਾ ਤਾਲਾ ਚਾਹੇ ਤੁਸੀਂ ਤੁਹਾਡੇ ਸਾਰੇ ਲਤਾਫਿਆਂ ਦੇ ਆਪਣੇ ਆਪ ਹੀ ਆਟੋਮੈਟਿਕ ਨੂਰ ਦਾ ਛੱਟਾ ਲੱਗਦਾ ਰਹੇਗਾ। ਅਤੇ ਨੂਰ ਦਾ ਛੱਟਾ, ਤੁਹਾਨੂੰ ਪਤਾ ਨੂਰ ਤਾਂ ਨੂਰ ਹੀ, ਅਤੇ ਪੜ੍ਹਨਾ ਤੁਸੀਂ ਇਸ ਤਰ੍ਹਾਂ ਕਲਮਾ ਸ਼ਰੀਫ ਪੜ੍ਹਨਾ ਹੈ। ਇਹਦੇ ਨਾਲ ਤੁਹਾਡਾ ਨਫਸ ਪਾਕ ਕਰਨ ਦਾ ਤੁਹਾਨੂੰ ਮੈਂ ਬੜੇ ਸਾਨ ਤਰੀਕੇ ਦੱਸ ਰਿਹਾ, ਜਿਹਨਾਂ ਤੁਹਾਡੇ ਨਫਸ ਬਿਲਕੁਲ ਪਾਕ ਹੋ ਜਾਏ ਇਨਸ਼ਾਅੱਲਾ ਤਾਲਾ ਚਾਹੀਦਾ। ਤੁਸੀਂ ਜਿਸ ਤਰ੍ਹਾਂ ਕਹੋਗੇ ਤੁਹਾਡਾ ਨਫਸ ਉਸ ਤਰ੍ਹਾਂ ਹੀ ਅੱਲਾ ਅੱਲਾ ਕਰੇਗਾ। ਅੱਲਾ ਅੱਲਾ ਹੀ ਕਰਨਾ, ਤਾਂ ਉਹਨੂੰ ਆਪਣੇ ਆਪ ਤੁਸੀਂ ਕਰੋਗੇ, ਸਮਝੋ ਕਰ ਰਹੇ ਹੋ ਤਾਂ ਉਹ ਆਟੋਮੈਟਿਕ ਕਰ ਰਿਹਾ, ਅੱਲਾ ਅੱਲਾ ਕਰੇਗਾ। ਜਿਹਨੇ ਤੁਸੀਂ ਨਹੀਂ ਕਰੋਗੇ ਉਹ ਤਾਂ ਕਰ ਹੀ ਨਹੀਂ ਸਕਦਾ ਨਫਸ, ਠੀਕ ਹੈ। ਤੁਸੀਂ ਅੱਲਾ ਅੱਲਾ ਕਰੋ, ਤਰੀਕਾ ਤੁਹਾਨੂੰ ਮੈਂ ਦੱਸ ਦੇਣਾ, ਇਨਸ਼ਾਅੱਲਾ ਤੁਹਾਡਾ ਨਫਸ ਵੀ ਅੱਲਾ ਅੱਲਾ ਉਸ ਤਰ੍ਹਾਂ ਹੀ ਕਰਦਾ ਫਿਰੇਗਾ ਜਿਸ ਤਰ੍ਹਾਂ ਤੁਸੀਂ ਕਰੋਗੇ। ਅਤੇ ਜ਼ਿਕਰ ਕਰਨਾ ਇਹ ਹੀ ਹੈ ਜੋ ਸੁਲਤਾਨ ਬਾਬੂ ਸਰਕਾਰ ਨੇ ਫਰਮਾਇਆ, ਉਹਨੇ ਕਿਹਾ ਲਾ ਏ ਲਾਦਾ ਗੱਲ ਕੈਂਠਾ ਪਾਇਆ। ਦੋਸਤੋ, ਸੁਲਤਾਨ ਬਾਬੂ ਸਾਹਿਬ ਕਹਿੰਦੇ ਨੇ ਲਾ ਏ ਲਾਦਾ ਗੱਲ ਕੈਂਠਾ ਪਾਇਆ, ਅਤੇ ਇਲੱਲਾ ਦੀ ਗਾਨੀ ਹੋ। ਦੋਸਤੋ, ਸੁਲਤਾਨ ਬਾਬੂ ਸਰਕਾਰ ਨੇ ਜਿਹੜਾ ਤਰੀਕਾ ਦੱਸਦਾ ਹੈ ਉਹ ਘੱਟ ਹੀ ਕੋਈ ਮਾਈ ਦਾ ਲਾਲ ਦੱਸੇਗਾ, ਅਤੇ ਅਸੀਂ ਤਾਂ ਉਹਨਾਂ ਨੂੰ ਮੰਨਣ ਵਾਲੇ ਹਾਂ, ਬਜ਼ੁਰਗਾਂ ਨੂੰ, ਉਹਨਾਂ ਦੇ ਨਕਸ਼ੇ ਕਦਮ ਚੱਲਣਾ ਹੈ। ਕਿਸੇ ਨੂੰ ਚੰਗਾ ਲੱਗਦਾ ਹੈ ਤਾਂ ਫਿਰ ਵੀ ਜ਼ਿਕਰ ਕਰ ਲਓ, ਜੇ ਤੁਹਾਨੂੰ ਨਹੀਂ ਲੱਗਦਾ ਤਾਂ ਫਿਰ ਵੀ ਤੁਹਾਨੂੰ ਜ਼ਿਕਰ ਕਰਨਾ ਚਾਹੀਦਾ। ਕਲਮਾ ਸ਼ਰੀਫ ਦਾ ਜ਼ਿਕਰ ਤੁਹਾਨੂੰ ਦੱਸਣ ਲੱਗਾ, ਅਤੇ ਪੜ੍ਹਨਾ ਸਿਰਫ ਤੁਸੀਂ ਕੀ ਦੇਖੋ, ਨਫਸ ਪਾਕ ਕਰਨ ਦਾ ਤੁਹਾਨੂੰ ਮੈਂ ਤਰੀਕਾ ਦੱਸ ਰਿਹਾ, ਤੁਹਾਨੂੰ ਮੈਂ ਹੋਰ ਕੋਈ ਹੋਰ ਕਿਸਮ ਦਾ ਵਜ਼ੀਫਾ ਨਹੀਂ ਦੱਸ ਰਿਹਾ। ਤੁਹਾਨੂੰ ਨਫਸ ਪਾਕ ਕਰਨ ਦਾ, ਦਿਲ ਪਾਕ ਕਰਨ ਦਾ, ਦਿਲੋਂ ਦਿਮਾਗ ਰੋਸ਼ਨ ਹੋ ਜਾਂਦਾ ਬੰਦਾ ਪੜ੍ਹਨ ਨਾਲ। ਅਤੇ ਕਲਮਾ ਸ਼ਰੀਫ ਜਿਹੜਾ ਪੜ੍ਹਨਾ, ਤੁਸੀਂ ਪਹਿਲੇ ਸਭ ਤੋਂ ਪੜ੍ਹਨ ਬੈਠਣਾ, ਜਦੋਂ ਇਸ ਤਰ੍ਹਾਂ ਬਹਿ ਗਏ ਮਰਾਕਬੇ ਜਾ ਕੇ, ਇਸ ਤਰ੍ਹਾਂ ਤੁਸੀਂ ਆਸਣ ਮਾਰ ਕੇ ਬਹਿ ਗਏ, ਉਸ ਬਾਅਦ ਤੁਸੀਂ ਪੜ੍ਹਨਾ ਲਾ ਇਲਾ ਇਲੱਲਾ ਮੁਹੰਮਦ ਰਸੂਲ ਅੱਲਾ, ਲਾ ਇਲਾ ਇਲੱਲਾ ਮੁਹੰਮਦ ਰਸੂਲ ਅੱਲਾ, ਲਾ ਇਲਾ ਇਲੱਲਾ ਮੁਹੰਮਦ ਰਸੂਲ ਅੱਲਾ ਸੱਲੱਲਾਹੁ ਅਲੈਹਿ ਵਸੱਲਮ। ਪਹਿਲੇ ਤਿੰਨ ਦਫ਼ਾ ਤੁਸੀਂ ਪੂਰਾ ਕਲਮਾ ਸ਼ਰੀਫ ਪੜ੍ਹਨਾ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਬਹਿ ਜਾਣਾ, ਅੱਖਾਂ ਬੰਦ ਕਰ ਲੈਣੀਆਂ, ਅਤੇ ਆਪਣੇ ਦਿਲ ਦੇ ਉੱਤੇ ਧਿਆਨ ਮਾਰਨਾ। ਇੱਧਰ ਪੜ੍ਹਨਾ ਜ਼ਿਕਰ ਤੁਸੀਂ ਇੱਥੋਂ ਸ਼ੁਰੂ ਕਰਨਾ, ਇਸ ਤੋਂ ਬਾਅਦ ਤੁਸੀਂ ਦਲ ਜਾਣਾ ਲਾ ਇਲਾਹਾ ਇਲੱਲਾਹੁ, 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 ਲਾ ਇਲਾਹਾ ਇਲੱਲਾਹੁ। ਦੋਸਤ, ਤੁਸੀਂ ਜ਼ਿਹਨ 'ਚ ਲਿਆਉਣਾ, ਤੁਸੀਂ ਦੇਖਣਾ ਵੀ ਇਹ ਨੂਰ ਦਾ ਜਿਹੜਾ ਇੱਕ ਨੂਰ ਕਲਮਾ ਸ਼ਰੀਫ ਜਿਹੜਾ ਨੂਰ ਹੈਗਾ ਜੀ, ਨੂਰ ਇਸ ਨੂੰ ਨੂਰ ਦਾ ਇੱਕ ਵਾਰ ਛੱਟਾ ਲਾ ਰਿਹਾ, ਨੂਰ ਦੇ ਵਿੱਚ ਇੱਥੋਂ ਚੁੱਕਣਾ ਇੱਕ ਫੁਆਰਾ ਜਿਸ ਲੈ ਕੇ ਨੂਰ ਦਾ ਐਵੇਂ ਛੱਟਾ ਲਾਉਣੇ, ਦੋਨਾਂ ਐਵੇਂ ਲਿਆ ਕੇ ਐਵੇਂ ਮਾਰੋ ਦਿਲ ਦੇ ਉੱਤੇ, ਪੰਜਾਂ ਲਤਾਫ ਜਿਹੜਾ ਤੁਹਾਡੇ ਨੂਰ ਮਨੂਰ ਹੋ ਜਾਣਗੇ, ਠੀਕ ਹੈ। ਦੂਸਰਿਆਂ ਨੂੰ ਤਾਂ ਪਹੁੰਚਣਾ ਹੀ ਪਹੁੰਚਣਾ, ਖਾਸ ਤੌਰ ਤੁਹਾਡਾ ਦਿਲ ਐਡਾ ਪਾਕ ਹੋ ਜਾਏਗਾ, ਅਤੇ ਦਿਲ ਹੀ ਇੱਕ ਐਸਾ ਜਿਸਮ ਦਾ ਇੱਕ ਖਾਸ, ਅੱਲਾਹ ਤਾਲਾ ਨੇ ਇੱਕ ਚੀਜ਼ ਦਿਲ ਦੇ ਵਿੱਚ ਦਰਵਾਜ਼ਾ ਬਣਾਇਆ, ਜਿੱਥੋਂ ਹਰ ਬੰਦਾ ਇਨਸਾਨ ਅੰਦਰੋਂ ਜਿਹੜੀਆਂ ਰੂਹਾਂ ਨੇ ਜਿੰਨੀਆਂ ਵੀ ਨੇ, ਸਾਰਿਆਂ ਨੂੰ ਉੱਥੋਂ ਹੀ ਗੁਜ਼ਾਰ ਮਿਲਣੀ ਹੈ, ਅਤੇ ਉੱਥੇ ਹੀ ਉਹਨਾਂ ਨੇ ਜਾਣਾ, ਨੂਰ ਜਾਣਾ ਤੁਹਾਡੇ ਕੋਲ। ਤੁਸੀਂ ਸਿਰਫ ਆਪਣੇ ਦਿਲ 'ਤੇ ਸਬਰ ਕਰਕੇ ਪੜ੍ਹਨਾ ਲਾ ਇਲਾਹਾ ਇਲੱਲਾਹੁ, ਲਾ ਇਲਾਹਾ ਇਲੱਲਾਹੁ, ਲਾ ਇਲਾਹਾ ਇਲੱਲਾਹੁ। ਦੋਸਤੋ, ਤੁਸੀਂ ਇਹ ਹੁਣ ਬੰਦ ਕਰਨੇ ਨੇ, ਮੈਂ ਤੁਹਾਨੂੰ ਵੈਸੇ ਤੁਹਾਨੂੰ ਦੱਸ ਰਿਹਾ ਜਿਸ ਤਰ੍ਹਾਂ ਮੈਂ ਦੇਖੋ ਕਰ ਰਿਹਾ ਲਾ ਇਲਾਹਾ ਇਲੱਲਾਹੁ, ਲਾ ਇਲਾਹਾ ਇਲੱਲਾਹੁ, ਤੁਹਾਡੇ ਅੰਦਰ ਆਵਾਜ਼ ਆਵੇ ਅਤੇ ਫਿਰ ਮਜ਼ਾ ਜੀ, ਅਤੇ ਫਿਰ ਇਨਸ਼ਾਅੱਲਾ ਤਾਲਾ ਦੇਖੋ ਤੁਹਾਡਾ ਨਫਸ ਵੀ ਫਰਮਾ ਬਰਦਾਰ, ਦਿਲ ਵੀ ਪਾਕ। ਇਹ ਜਿਹੜੇ ਪੰਜਾਂ ਲਤਾਇਫ ਨੇ ਤੁਹਾਡੇ, ਸੱਤੇ ਲਤਾਫ ਤੁਹਾਡੇ ਆਪਣੇ ਆਟੋਮੈਟਿਕ ਇਨਸ਼ਾਅੱਲਾ ਇਹਨਾਂ ਜਿੰਦਾ ਪਵਿੰਦਾ ਹੋਏ ਹੋ ਜਾਣਾ ਇਹਨਾਂ ਨੇ, ਕਿਉਂ ਇਹਨਾਂ ਰੂਹ ਦੀ ਗਜ਼ਾਈ ਨੂਰ ਹੈਗਾ,
ਤੇ ਜੋ ਨੂਰ ਉਹ ਨੂਰ ਹੋ ਜਾਣਾ ਤੇ ਫਿਰ ਅੰਦਰ ਵੀ ਸਾਰਾ ਹਰ ਚੀਜ਼ ਦੇ ਵਿੱਚ ਤੁਹਾਨੂੰ ਪਤਾ ਅੰਦਰ ਤੂੰ ਦੀਵਾ ਹੀ ਬਾਲਣਾ ਅੰਦਰ ਤੇ ਪੂਰੇ ਕਮਰੇ 'ਚ ਰੋਸ਼ਨੀ ਹੋ ਜਾਣੀ ਅੰਦਰ ਸਾਰੇ ਰਾਜ ਰੋਸ਼ਨੀ ਹੋ ਜਾਣੀ ਇਨਸ਼ਾਅੱਲਾ ਦਿਲ ਰੋਸ਼ਨ ਹੋ ਗਿਆ ਤੁਹਾਡਾ ਪੂਰਾ ਅੰਦਰ ਅੰਦਰ ਜਿਸਮ ਰੋਸ਼ਨ ਹੋ ਗਿਆ ਤੇ ਇਨਸ਼ਾਅੱਲਾ ਤੁਸੀਂ ਇਹਨੂੰ ਕਰੋ ਜ਼ਿਕਰ ਤੇ ਫਿਰ ਬਾਬੇ ਆਬ ਨੂੰ ਦੁਆ ਹੀ ਦਿਓਗੇ ਅੱਛਾ ਜੀ ਅਸਲਾਮ ਵਾਲੇਕਮ।